ਮੈਨੂੰ ਪਤਾ ਮੈਂ ਲੋਕਾਂ ਨੂੰ ਕਿਵੇਂ ਹਾਲਾ ਹੱਥਾਂ ਟੱਟ ਕੇ ਮੈਂ ਬੱਚਾ ਫਰੀ ਖਰੀਦਿਆ ਕਿਸੇ ਨੂੰ ਨਹੀਂ ਪਤਾ ਬੱਚਿਆਂ ਨੂੰ ਡਾਕਟਰ ਪੱਲੇ ਤੋਂ ਬਚਾਓ, ਬੱਚਿਆਂ ਨੂੰ ਡਾਕਟਰ ਪੱਲੇ ਤੋਂ ਬਚਾਓ। ਸਾਨੂੰ ਪਤਾ ਹੀ ਅਸੀਂ ਕਿਵੇਂ ਕਹੋ ਕਿਵੇਂ ਉਹ ਲੜਾਓ ਕਰਿਆ ਸੀਗਾ, ਡਾਕਟਰ ਅਸੀਂ ਲੈ ਕੇ ਪਾਲਿਆ ਸੀਗਾ ਬੱਚਾ, ਉਹ ਇਸਨੇ ਉਹ ਭੁੱਖਾ ਰੱਖ ਰੱਖ ਕੇ ਮਾਰਤਾ ਜੀ ਡਾਕਟਰ ਨੇ। ਚਾਰ ਦਿਨ ਉਹਨੂੰ ਨਾ ਦੁੱਧ ਸਿਰਫ ਜੇ ਡੋਜ਼ ਦਿੰਦਾ ਸੀ ਨਾ ਇਹਦੀ ਗਲੂਕੋਜ਼ ਸੀਗਾ ਇੱਕ ਲਾਉਂਦਾ ਸੀ ਉਹ ਵੀ ਲਾ ਕੇ ਬੰਦ ਕਰ ਦਿੰਦਾ ਸੀ। ਬੱਚਾ ਸਾਰਾ ਰਾਤ ਰੋਈ ਜਾਂਦਾ ਸੀ, ਕਹਿੰਦਾ ਸੀ ਕੋਈ ਨਾ ਲਾਈਟ ਬੁਝਾ ਕੇ ਇਹਨੂੰ ਸੁਲਾਓ, ਲਾਈਟ ਬੁਝਾ ਕੇ ਬੱਚਾ ਥੋੜ੍ਹੀ ਸੁਣਦਾ ਸੀ। ਡਾਕਟਰ ਪੱਲੇ ਦੇ ਕਦੇ ਵੀ ਆਪਣੇ ਬੱਚੇ ਨੂੰ ਨਾ ਲੈ ਕੇ ਆਇਓ, ਸਾਡੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ। ਜਿਨ੍ਹਾਂ ਦੇ ਵੀ ਬੱਚੇ ਨੇ ਨਾ ਆਪਣੇ ਬੱਚਿਆਂ ਨੂੰ ਇਹ ਡਾਕਟਰ ਦੇ ਕਦੇ ਨਾ ਲੈ ਕੇ ਆਓ, ਇਸਨੇ ਮੇਰਾ ਬੱਚਾ 4 ਦਿਨ ਭੁੱਖਾ ਰੱਖ ਕੇ ਮਾਰਤਾ ਜੀ। 5 ਦਿਨ ਹੋ ਗਏ ਇੱਥੇ ਰੱਖੇ, ਕੀ ਜਾਲੀ ਤਿਆਰ ਕਰਦਾ ਹੈ ਆਪਣੀ ਮਰਜ਼ੀ ਨਾਲ ਰਿਪੋਰਟ ਕਰਾਉਂਦਾ ਆ ਬੱਚਾ ਜੀ ਸਾਡਾ ਤੋਲੇ ਵਰਗਾ ਮੁੰਡਾ ਜੀ ਮੇਰਾ, ਇਹਦਾ ਲਾਇਸੈਂਸ ਚੈੱਕ ਕਰੋ ਜੀ ਜਾਲੀ ਆ ਤੂੰ ਖਾਣੋ ਖੜਾ ਹੋ ਗਿਆ, ਬਹਿ ਜਾ ਯਾਰ ਡਾਕਟਰ ਬਹਿ ਜਾ ਵੀਰੋ, ਡਾਕਟਰ ਸਾਹਿਬ ਬੇਨਤੀ ਕਰਦੇ ਹਾਂ ਡਾਕਟਰ ਛੱਡੋ ਛੱਡੋ ਡਾਕਟਰ ਸਾਹਿਬ ਬੈਠੋ। ਮੇਰੇ ਨਾਲ ਕਰਦਾ ਨਹੀਂ ਕਰਦਾ।
ਮੇਰਾ ਨਾਮ ਜਗਤਾਰ ਸਿੰਘ ਹੈ ਜੀ। ਇੱਥੇ ਮੇਰਾ ਬੱਚਾ ਐਡਮਿਟ ਸੀਗਾ ਜੀ। ਮੈਂ ਉਹਨੂੰ 22 ਤਰੀਕ ਨੂੰ ਇੱਥੇ 21-22 ਨੂੰ ਇੱਥੇ ਸ਼ਾਮ ਨੂੰ ਲੈ ਕੇ ਆਇਆ ਸੀਗਾ ਜੀ। ਜਾਣੀ ਉਹ 'ਚ ਪਹਿਲਾਂ ਅਸੀਂ ਗਏ ਸੀ ਦਿੱਲੀ ਵਾਲਿਆਂ 'ਤੇ। ਹਾਂ, ਉਹਨੇ ਸਾਰੇ ਟੈਸਟ ਕਰਵਾਏ ਨੇ, ਕਲੀਅਰ ਆਏ ਨੇ ਜੀ ਬਿਲਕੁਲ। ਸਿਰਫ ਇਹਨੂੰ ਇਨਫੈਕਸ਼ਨ ਸੀਗੀ ਜੀ। ਹਾਂਜੀ, ਅਤੇ ਇੱਥੇ ਆ ਕੇ ਜਾਣੀ ਇੱਕ ਦਿਨ ਉਹ ਠੀਕ ਰਿਹਾ। ਜਦ ਅਸੀਂ ਸ਼ਾਮ ਨੂੰ ਆ ਕੇ ਇਹਨਾਂ ਨੇ ਐਡਮਿਟ ਕਰਾਤਾ ਅਸੀਂ ਆ ਕੇ ਉਰੇ। ਹਾਂਜੀ, ਉਸ ਤੋਂ ਬਾਅਦ ਇਹ ਸਾਨੂੰ ਕਹਿੰਦੇ ਵੀ ਦੇਖ ਕੇ ਕਹਿੰਦੇ ਵੀ ਉਹਦੀ ਰਿਪੋਰਟ ਜਿਹੜੀ ਉਹਨਾਂ ਨੇ ਰਿਪੋਰਟਾਂ ਕਰੀ ਹੋਈਆਂ ਸੀ ਦਿੱਲੀ ਵਾਲੇ ਨੇ, ਉਹਦੀ ਆਧਾਰ 'ਤੇ ਇਹ ਆਪਣਾ ਟ੍ਰੀਟਮੈਂਟ ਕਰੀ ਗਏ। ਜਾਣੀ ਇਹਨਾਂ ਨੇ ਆਪਦਾ ਕੋਈ ਟੈਸਟ ਨਹੀਂ ਕਰਵਾਇਆ, ਕੁਛ ਨਹੀਂ ਕਰਵਾਇਆ, ਅਤੇ ਬਾਅਦ 'ਚ ਫਿਰ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਐਡਮਿਟ ਕਰ ਲਾਂਗੇ, ਵੀ ਇੰਨੀ ਕੋਈ ਖਾਸ ਗੱਲ ਨਹੀਂ, ਠੀਕ ਹੋ ਜੂਗਾ। ਹਾਂਜੀ, ਵੀ ਇਨਫੈਕਸ਼ਨ ਆ ਵੀ ਉਹ ਘੱਟ ਜੂਗੀ। ਅਸੀਂ ਕਿਹਾ ਚਲੋ ਅਸੀਂ ਐਡਮਿਟ ਕਰਵਾਤਾ ਜੀ। ਦੋ ਕੁ ਦਿਨ ਐਡਮਿਟ ਅਸੀਂ ਕਰਾ ਕੇ ਰੱਖਿਆ ਉਰੇ। ਫਿਰ ਕਹਿੰਦੇ ਵੀ ਚਲੋ ਵੀ ਬੱਚੇ ਦੀ ਕੰਮ ਫਿਰ ਕਹੀ ਕਹਿੰਦੇ ਕੰਮ ਇਹਦਾ ਵਧੀਆ ਹੋਇਆ, ਇਹ ਐਂ ਫਲਾਨਾ ਢਿਮਕਾ। ਅਸੀਂ ਕਿਹਾ ਵੀ ਕੋਈ ਗੱਲ ਨਹੀਂ, ਵੀ ਤੁਸੀਂ ਦੱਸੋ ਸਾਨੂੰ, ਨਹੀਂ ਫਿਰ ਅਸੀਂ ਬੱਚਾ ਲੈ ਜਾਂਦੇ ਹਾਂ। ਕਹਿੰਦੇ ਫਿਰ ਕੀ ਕਿਹਾ ਕੋਈ ਨਾ, ਅਸੀਂ ਸਾਂਭਾਂਗੇ। ਜਾਣੀ ਸਾਨੂੰ ਦਲੇਰੀ ਦੇਈ ਗਏ ਨੇ ਜੀ। ਹਾਂਜੀ, ਝੂਠੇ ਤਸੱਲੇ ਦੇਈ ਗਏ ਨੇ ਵੀ ਤੁਹਾਡਾ ਬੱਚਾ ਬਿਲਕੁਲ ਠੀਕ ਆ। ਅਤੇ ਅਸੀਂ ਜੇ ਸ਼ਾਮ ਨੂੰ ਮਤਲਬ ਹੁਣ ਉਹ ਛੋਟਾ ਜਿਹਾ ਬੱਚਾ ਜੀ, 4 ਦਿਨ ਉਹਨੂੰ ਤਿਆਰ, 4 ਦਿਨ ਕਿਹੜਾ ਬੱਚਾ ਜਿਹੜਾ ਬਿਨਾਂ ਦੁੱਧ ਤੋਂ ਰਹਿ ਜੂ। ਜੇ ਇਹਨੂੰ ਉਹ ਗਲੂਕੋਜ਼ ਲਾਉਂਦੇ ਦੀ ਤਾਂ ਉਹਦੀ ਅੱਧੀ ਬੋਤਲ ਰੱਖ ਲੈਂਦੇ ਦੀ, ਇੱਕ 'ਚੋਂ ਵੀ ਅੱਧੀ ਰੱਖ ਕੇ ਲੈਂਦੇ ਦੀ, ਇਹ ਇੱਕ 'ਚੋਂ ਅੱਧੀ ਰੱਖ ਕੇ ਉਹਨੂੰ ਬੰਦ ਕਰ ਦਿੰਦੇ ਦੀ। ਜੇ ਅਸੀਂ ਸਾਨੂੰ ਬੁਲਾਉਣਾ ਵੀ ਬੱਚਾ ਸਾਡਾ ਬਹੁਤ ਤੜਪ ਰਿਹਾ, ਨਾ ਉਹਨੂੰ ਪਾਣੀ ਦੇ ਦਿਓ ਮਾੜਾ ਜਿਹਾ, ਵੀ ਬੁੱਲਾਂ ਨੂੰ ਲਾਇਓ ਅੰਦਰ ਨਾ ਜਾਵੇ। ਵੀ ਫਿਰ ਇਹ ਕਹਿੰਦੇ ਸੀਗੇ ਵੀ ਜੇ ਇਹਨੂੰ ਫਿਰ ਫੋਨ ਕਰਦੇ ਸੀ ਨਾ, ਤਾਂ ਇਹ ਆ ਕੇ ਚੈੱਕ ਕਰਦੇ ਸੀ, ਉੱਪਰ ਜਾ ਕੇ ਪੈ ਜਾਂਦੇ ਸੀ ਮੌਜ ਨਾਲ। ਉਹ ਕੁੜੀਆਂ ਇਹਨਾਂ ਨੇ ਸਟਾਫ ਵਾਲੀਆਂ ਰੱਖੀਆਂ ਹੋਈਆਂ, ਉਹਨਾਂ ਨੂੰ ਕੋਈ ਅਕਲ ਨਹੀਂ, ਉਹਨਾਂ ਨੂੰ ਤਾਂ ਸਟੀਮ ਵੀ ਨਹੀਂ ਦੇਣੀ ਆਉਂਦੀ ਹੈਗੀ ਜੀ, ਵੀ ਸਟੀਮ ਬੱਚੇ ਨੂੰ ਕਿਵੇਂ ਦੇਈ ਦੀ ਆ। ਸਾਨੂੰ ਕਹਿੰਦੇ ਸੀ ਆਹ ਫੜ ਲਓ, ਅਸੀਂ ਹੋਰ ਵੀ ਕੰਮ ਕਰਨੇ ਨੇ, ਵੀ ਅਸੀਂ ਫਿਰ ਪੈਸਾ ਕਾਹਦੇ ਵਾਸਤੇ ਭਰ ਰਹੇ ਹਾਂ ਤੁਹਾਨੂੰ, ਜੇ ਅਸੀਂ ਆਪ ਹੀ ਡਾਕਟਰ ਹੁੰਦੇ ਫਿਰ ਥੋਤੋਂ ਅਸੀਂ ਕੀ ਕਰਵਾਉਣਾ ਸੀਗਾ। ਇਹਨਾਂ ਉਸ ਤੋਂ ਬਾਅਦ ਇਹਨਾਂ ਨੇ ਅਸੀਂ ਫਿਰ ਕਹਿੰਦੇ ਅਸੀਂ ਆਪਣੀਆਂ ਰਿਪੋਰਟਾਂ ਕਰਾਉਣੀਆਂ ਨੇ ਦੁਬਾਰੇ, ਇਹ ਆਪਣੀਆਂ ਰਿਪੋਰਟਾਂ ਕਰਨ ਚਲੇ ਗਏ ਜੀ। ਹਾਂ ਜੀ, ਫਿਰ ਜਦ ਰਿਪੋਰਟਾਂ ਉੱਥੇ ਅਸੀਂ ਇਹਨੂੰ ਕਿਹਾ ਇਹ ਵੀ ਸਾਡੀ ਕੁੜੀ ਇੱਕ ਨਰਸ ਆ ਭਾਣ ਜੀ ਮੇਰੀ, ਉਹ ਕਹਿੰਦੀ ਵੀ ਮਾਮਾ ਜੀ ਮੈਂ ਇੱਥੇ ਵੀ ਜਾਣਦੀ ਹਾਂ, ਵੀ ਆਪਾਂ ਉੱਥੋਂ ਕਰਵਾ ਲੈਂਦੇ ਸਕੈਨਾਂ ਵੀ ਵਧੀਆ ਨੇ ਪ੍ਰੀਤ ਵਾਲੇ। ਫਿਰ ਕਹਿੰਦਾ ਨਹੀਂ, ਕਹਿੰਦਾ ਕਾਉਂਸਲ ਵਾਲੇ ਦੇ ਜਾਓ। ਕਹਿੰਦਾ ਮੈਂ ਮੇਰੇ ਬੰਦੇ ਨੇ, ਇਹਨੇ ਪਹਿਲਾਂ ਹੀ ਫੋਨ ਕਰਿਆ, ਇਹ ਨਹੀਂ ਪਤਾ ਵੀ ਇਹਨੇ ਆਪੇ ਰਿਪੋਰਟਾਂ ਤਿਆਰ ਕਰੀਆਂ ਹੋਣ, ਜਦ ਇਹ ਆਪਣੀ ਮਰਜ਼ੀ ਨਾਲ ਉੱਥੇ ਭੇਜ ਰਿਹਾ। ਜੇ ਫਿਰ ਜਿਹਨੂੰ ਕਈ ਲੈਬੋਰਟਰੀ 'ਚ ਕਹਿੰਦੇ ਸੀਗੇ ਵੀ ਉਹ 'ਚ ਟੈਸਟ ਕਰਾ ਲਓ, ਕਹਿੰਦਾ ਸੀ ਨਾ ਜਿੱਥੇ ਮੈਂ ਕਹੂੰਗਾ ਵੀ ਉੱਥੇ ਹੀ ਜਾਣਾ। ਜਾਣੀ ਇਹਨੇ ਆਪਦੀਆਂ ਰਿਪੋਰਟਾਂ ਆਪ ਇਹ ਤਿਆਰ ਕਰੀਆਂ ਹੋਈਆਂ ਨੇ। ਇਹਨੇ ਸਾਡਾ ਬੱਚਾ, ਅਸੀਂ ਤਾਂ 3 ਧੀਆਂ ਨੇ ਮੇਰੀਆਂ ਜੀ, ਬੱਚਾ ਮਸੀਂ ਆਹ ਅਡੋਪਟ ਕਰਿਆ ਦੀ ਅਸੀਂ, ਇਹਨੇ ਸਾਤੋਂ ਉਹ ਵੀ ਖੋਲਿਆ ਜੀ। ਮੈਂ ਤਾਂ ਇਹੀ ਰਿਕੁਐਸਟ ਕਰੂੰਗਾ ਵੀ ਆਪਣੇ ਬੱਚਿਆਂ ਨੂੰ ਬਚਾਓ, ਵੀ ਇਹਦੇ ਕਿਸੇ ਕੁੱਤੇ ਦੇ ਡਾਕਟਰ ਦੇ ਲੈ ਕੇ ਨਾ ਆਓ। ਇਹਦੇ ਕੋਈ ਪਾਣੀ ਦੀ ਸਹੂਲਤ ਨਹੀਂ, ਪਾਣੀ ਠੰਡਾ। ਅਸੀਂ ਇਹਨੂੰ ਕਿਹਾ ਵੀ ਬੱਚੇ ਵੀ ਉਰੇ ਠੰਡ ਬਹੁਤ ਆ, ਉੱਥੇ ਦੀ ਹਵਾ ਬਹੁਤ ਜਾਂਦੀ ਅੰਦਰ। ਅਸੀਂ ਇਹਨੂੰ ਕਿਹਾ ਵੀ ਉਰੇ ਸਾਨੂੰ ਉਹ ਮਤਲਬ ਕਿ ਉਹ ਲਵਾ ਦੇ ਹੀਟਰ ਵਗੈਰਾ, ਨਹੀਂ ਕਹਿੰਦਾ ਉਹਦੇ ਤਾਂ ਐਕਸਟਰਾ ਲੱਗਣਗੇ। ਨਾ ਉਰੇ ਦੇਖ ਲਓ ਤੁਸੀਂ ਅੰਦਰ ਕੋਈ ਆਰ ਵਾਲਾ ਪਾਣੀ ਨਾ ਕੁਛ ਵੀ ਨਹੀਂ ਹੈਗਾ, ਫੀਸ ਇਹਨਾਂ ਨੇ ਉਨੀ ਉਹ ਲੈਣੀ ਆ। ਅਸੀਂ ਮੰਗ ਕਰਦੇ ਹਾਂ ਵੀ ਇਨਸਾਫ ਚਾਹੀਦਾ ਸਾਨੂੰ, ਸਾਡੇ ਚਲੋ ਬੱਚਾ ਸਾਡੀ ਦੁਨੀਆ ਤਾਂ ਖਤਮ ਹੋ ਗਈ, ਵੀ ਹੋਰਾਂ ਦੇ ਬੱਚੇ ਬਚ ਜਾਣ ਜੀ। ਇਹਦਾ ਲਾਇਸੈਂਸ ਕੈਂਸਲ ਹੋਣਾ ਚਾਹੀਦਾ ਅਤੇ ਇਹਨੂੰ ਸਜ਼ਾ ਹੋਣੀ ਚਾਹੀਦੀ ਆ, ਕਿਉਂਕਿ ਅੱਗੇ ਨੂੰ ਵੀ ਹੋਰ ਡਾਕਟਰਾਂ ਨੂੰ ਵੀ ਅਕਲ ਆ ਜੇ ਵੀ ਇੱਦਾਂ ਨਹੀਂ ਕਰੇ ਕਿਸੇ ਨਾਲ। ਪਰਮਜੀਤ ਕੌਰ ਕੀ ਗੱਲ ਕੀ ਹੋਈ ਜੀ?
ਬੱਚਿਆਂ ਨੂੰ ਸਾਨੂੰ ਨਹੀਂ ਪਤਾ ਹੈਗਾ ਵੀ ਕੀ ਗੱਲ ਸੀਗੀ, ਗੱਲ ਡਾਕਟਰਾਂ ਨੂੰ ਪਤਾ ਹੁੰਦਾ ਵੀ ਬੱਚੇ ਨੂੰ ਕੀ ਪ੍ਰੋਬਲਮ ਆਉਂਦੀ ਹੈ, ਇਹ ਕਹਿੰਦੇ ਇਨਫੈਕਸ਼ਨ ਆ। ਬੱਚੇ ਦਾ ਦੁੱਧ ਬਿਲਕੁਲ ਬੰਦ ਕਰਤਾ, ਬੱਚੇ ਨੂੰ ਸੋਮਵਾਰ ਦਾ ਦੁੱਧ ਦਿੱਤਾ ਹੋਇਆ, ਜਦਕਿ ਇਹਨਾਂ ਨੇ ਇੱਕ ਡ੍ਰਿਪ ਲਾਉਂਦੇ ਰਹਿਣਗੇ, ਨਹੀਂ ਤਾਂ ਬੱਚਾ ਡ੍ਰਿਪ ਦੇ ਸਹਾਰ ਹੀ ਰਹਿੰਦਾ, ਇੱਕ ਡ੍ਰਿਪ ਲਾਉਂਦੇ ਰਹੇ ਨੇ, ਇੱਕ ਡ੍ਰਿਪ ਵੀ ਇਹ 11 ਵਜੇ ਤੋਂ ਬੰਦ ਕਰ ਦਿੰਦੀ। ਮੇਰਾ ਪੁੱਤ ਸਾਰੀ ਰਾਤ ਫਿਰ ਕੀ, ਮੈਂ ਪਾਣੀ ਮੂੰਹ 'ਤੇ ਗਿੱਲਾ ਕਰਕੇ, ਮੈਂ ਹਲੇ ਮੇਰੇ ਮੁੰਡੇ ਦੇ ਨਾਲ ਮੈਂ ਰਾਤ ਕੱਢੀ ਆ, ਸਾਰੀਆਂ ਰਾਤਾਂ ਮੈਂ ਪਾਣੀ ਗਿੱਲਾ ਕਰਕੇ ਬੁੱਲ 'ਤੇ ਲਾਉਣਾ, ਤਾਂ ਮੇਰੇ ਬੇਟੇ ਨੇ ਹਲੇ ਰਾਤ ਕੱਢਣੀ। ਮੈਂ ਇਹਨੂੰ ਕਹਿਣਾ ਵੀ ਡਾਕਟਰ ਸਾਹਿਬ, ਇਹ ਕਹਿੰਦੇ ਵੀ ਕੋਈ ਗੱਲ ਨਹੀਂ, ਇੱਦਾਂ ਹੀ ਟ੍ਰੀਟਮੈਂਟ ਹੋਊਗਾ, ਹੋਇਆ ਵੀ ਉੱਦਾਂ ਹੀ ਹੈ, ਚਲੋ ਕੋਈ ਗੱਲ ਨਹੀਂ, ਠੀਕ ਆ, ਅੰਦਰੋਂ ਨਾੜ ਦਾ ਕੋਈ ਗੰਦ ਚੱਲ ਪਿਆ ਹੋਊਗਾ, ਠੀਕ ਆ। ਉਸ ਤੋਂ ਬਾਅਦ ਇਹਨਾਂ ਨੇ ਕੱਲ੍ਹ ਰਿਪੋਰਟਾਂ ਕਰਾਈਆਂ, ਮੈਂ ਕਿਹਾ ਵੀ ਡਾਕਟਰ ਸਾਹਿਬ ਬੱਚੇ ਨੂੰ ਦੁੱਧ ਦੇ ਸਕਦੇ ਹਾਂ, ਕਹਿੰਦੇ ਵੀ ਹਾਂ ਵੀ ਹੁਣ ਦੀਆਂ ਰਿਪੋਰਟਾਂ ਆ ਜਾਣਗੀਆਂ ਵੀ ਫਿਰ ਦੁੱਧ ਦੇ ਦਿਓ। ਚਲੋ ਰਿਪੋਰਟਾਂ, ਮੈਂ ਤਾਂ ਐਂ ਕਹਿੰਦੀ ਵੀ ਜਿਹੜੀਆਂ ਅੱਜ ਤੋਂ ਉਹਦੇ ਰਿਪੋਰਟਾਂ ਕਰਾਈਆਂ, ਇੰਨੀ ਉਹ ਆਈ, ਉਹਦੇ ਵਿੱਚ ਦੁੱਖ ਆਇਆ, ਹੁਣ ਕਾ ਤੋਂ ਫਿਰ ਹਾਲੇ ਦੇਖੀ ਇੱਕੋ ਲੱਗਤ ਠੀਕ ਆ ਗਈਆਂ ਸਾਰੀਆਂ ਰਿਪੋਰਟਾਂ, ਕਹਿੰਦੇ ਰਿਪੋਰਟਾਂ ਠੀਕ ਨੇ, ਫਿਰ ਕਹਿੰਦੇ ਦੁੱਧ ਨਹੀਂ ਦੇਣਾ ਹੈਗਾ, ਜੇ ਮੇਰੇ ਬੱਚੇ ਨੂੰ ਅੰਦਰਲੀ ਪ੍ਰੋਬਲਮ ਹੈਗੀ ਸੀ ਆਹੀ, ਡਾਕਟਰ ਨੇ ਮੈਨੂੰ ਦੁੱਧ ਨਹੀਂ ਦੇਣ ਦਿੱਤਾ ਹੈਗਾ ਮੇਰੇ ਬੱਚੇ ਨੂੰ, ਬੱਚੇ ਨੂੰ ਮੈਂ ਜਿੱਦਾਂ ਉਲਟੀ ਲੱਗੀ ਆ ਮੇਰੇ ਬੱਚੇ ਨੂੰ, ਮੈਂ ਇੱਥੋਂ ਹੀ 17 ਤਰੀਕ ਨੂੰ ਦਵਾਈ ਦਵਾ ਕੇ ਲੈ ਕੇ ਗਈ ਹਾਂ, ਮੈਂ ਉਹੀ ਦਵਾਈ ਨੂੰ ਦੇਈ ਗਈ ਹਾਂ 17 ਤਰੀਕ ਨੂੰ, ਉਹਦੀ ਉਲਟੀ ਤਾਂ ਹੋ ਗਈ ਬੰਦ, ਲੇਕਿਨ ਉਹ ਵੈਸੇ ਬੁਖਾਰ ਨਹੀਂ ਸੀ ਉਹਦਾ ਟੁੱਟ ਰਿਹਾ ਸੀ, ਫਿਰ ਮੈਂ ਇਹਨਾਂ ਦੇ ਕੋਲ ਵੀ ਫਿਰ ਲੈ ਕੇ ਆਈ ਹਾਂ, ਇਹਨਾਂ ਨੇ ਐਡਮਿਟ ਕਰ ਲਿਆ। ਹਾਂਜੀ, ਬੱਚੇ ਦੀ ਡੈਥ ਕਦੋਂ ਹੋਈ ਹੈ? ਬੱਚੇ ਸਵੇਰੇ ਹੋਈ ਆ 6:30 ਵਜੇ, ਮੈਂ ਸਾਰੀ ਰਾਤ ਬੱਚਾ ਲਈ ਬੈਠੀ ਰਹੀ ਹਾਂ ਆਪਦਾ, ਮੈਨੂੰ ਸਿਰਫ ਇੱਕ ਮਿੰਟ ਲਈ ਮੈਨੂੰ ਇਸ ਤਰ੍ਹਾਂ ਟੌਂਕਾ ਲੱਗਿਆ, ਮੈਂ ਆਪਦਾ ਬੱਚਾ ਦੇਖਿਆ ਵੀ ਠੀਕ ਆ ਇਹਨੂੰ, ਪਰ ਠੀਕ ਨਹੀਂ ਸੀਗਾ, ਰਾਤ ਸਾਹ ਤਾਂ ਮਤਲਬ ਇਹਨਾਂ 'ਚ ਲੈ ਰਿਹਾ ਸੀਗਾ, ਉਹ ਦੇਖੀ ਲੈ ਹੈ ਸਾਹ, ਰੋਂਦਾ ਕੁਛ ਨਹੀਂ ਸੀਗਾ, ਰੋਂਦਾ ਨਹੀਂ ਸੀਗਾ ਬਿਲਕੁਲ ਵੀ। ਡਾਕਟਰ ਉਧਰ ਲੁਕ ਕੇ ਬਹਿ ਗਿਆ, ਇਹ ਸਾਰੇ ਗੱਡੀਆਂ ਦੇ ਵਿੱਚ ਬਹਿ ਗਏ, ਮੈਂ ਇਕੱਲੀ ਹੋਈ ਜਾ ਕੇ, ਮਹਿਮੂਦਪੁਰ ਪਿੰਡ, ਮੈਂ ਇਕੱਲੀ ਜਾ ਕੇ ਡਾਕਟਰ ਉਧਰ ਖਿੱਚ ਕੇ ਲੈ ਕੇ ਆਈ, ਮੈਂ ਕਿਹਾ ਰਿਪੋਰਟਾਂ ਫੜਾ ਪਹਿਲਾਂ ਮੇਰੇ ਬੱਚੇ ਦੀਆਂ ਕਿੱਥੇ ਨਹੀਂ ਹੈ, ਇਹਨਾਂ ਨੇ ਤਾਂ ਨਹੀਂ ਸਾਰੇ ਖੇਲੀ ਕਰਤੀ ਸੀਗੀ, ਤਾਂ ਸਾਰੇ ਬਹਿ ਗਏ ਸੀਗੇ ਮੁੰਡੇ ਨੂੰ ਲੈ ਕੇ ਗੱਡੀ 'ਚ, ਪਰ ਇਹ ਫਿਰ ਰਿਪੋਰਟ ਦੇ ਉੱਤੇ ਆਪਦਾ ਲਿਖ ਕੇ ਵੀ ਨਹੀਂ ਦੇ ਰਿਹਾ ਸੀਗਾ, ਅਸੀਂ ਨੇ ਬਹੁਤ ਔਖਾ ਲਿਖਵਾਇਆ ਵਾ ਵੀ ਇੱਥੇ ਹੀ ਬੱਚੇ ਦਾ ਇਲਾਜ ਕਰਾਇਆ, ਇੱਥੇ ਅਸੀਂ ਬੱਚਾ ਲੈ ਗਏ, ਇੰਨੀ ਤਰੀਕ ਤੋਂ ਲੈ ਗਏ, ਇਹ ਕਹਿੰਦੇ ਮੈਂ ਕੁਛ ਵੀ ਨਹੀਂ ਲਿਖ ਕੇ ਦੇਣਾ, ਸਮਝ ਆ ਰਿਹਾ ਤੁਸੀਂ ਰੈਫਰ ਕਰ ਦਿਓ, ਸਾਨੂੰ ਦੁੱਖ ਹੈ ਨਹੀਂ, ਕਿਉਂ ਨਹੀਂ ਲਿਖ ਕੇ ਦੇ ਰਹੇ, ਜ਼ਿਆਦਾ ਦੇ ਇਲਾਜ ਸਹੀ ਸੀਗਾ, ਕਿਉਂ ਨਹੀਂ ਲਿਖ ਕੇ ਦੇ ਰਿਹਾ ਫਿਰ, ਮੈਂ ਕਹਿੰਦੀ ਵੀ ਇਹ ਬੰਦੇ ਸਰਕਾਰੀ ਡਿਊਟੀ 'ਤੇ ਜਾਣੀ ਚਾਹੀਦੀ, ਇਹ ਅੱਛਾ ਸਰਕਾਰ ਜਾ ਕੇ ਹੋਸਪਿਟਲ ਦੇ ਵਿੱਚ ਡਿਊਟੀ ਦਿੰਦੇ ਨੇਗੇ, ਹੋਸਪਿਟਲ 'ਚ ਸਰਕਾਰੀ ਡਾਕਟਰ ਨੇਗੇ, ਖੰਨੇ ਹੋਸਪਿਟਲ ਦੇ ਵਿੱਚ ਬਹਿੰਦੇ ਨੇ, ਇਹਨਾਂ ਕੋਲ ਸਿਰਫ ਇੱਕ ਉਹ ਆਉਂਦੀ ਆ, ਕੀ ਹੁੰਦੀ, ਸਟਾਫ ਮੈਂਬਰ ਇੱਕ ਆਉਂਦਾ, ਸਟਾਫ ਨਰਸ, ਸਟਾਫ ਨਰਸ ਇਹਨਾਂ ਕੋਲ ਇੱਕ ਹੁੰਦੀ ਆ, ਉਹੀ ਇਹਨਾਂ ਨੂੰ ਸਟੀਮ ਵੀ ਨਹੀਂ ਦੇਣੀ ਆਉਂਦੀ ਹੈਗੀ ਬੱਚਿਆਂ ਨੂੰ, ਸਾਨੂੰ ਇਹਦੇ ਲੈ ਫੈਟ ਸੱਚ ਚੱਲੀ ਜਾਂਦੀ ਸੀ, ਸਟੀਮ ਦੇ ਦਿਓ ਜੀ ਲੈ, ਅਸੀਂ ਦੱਸੋ ਸਾਨੂੰ ਕਿਸੇ ਆਕਸੀਜਨ ਦਾ ਨਹੀਂ ਪਤਾ, ਮੈਂ ਅਨਪੜ੍ਹ ਹੈਗੀ ਹਾਂ, ਮੈਨੂੰ ਕੀ ਪਤਾ ਹੋਊਗਾ, ਭੱਲਾ ਹਸਪਤਾਲ ਆ ਜੀ, ਭੱਲਾ ਹਸਪਿਟਲ ਹੈ, ਪਰੇਸ਼ ਮਾਮੇ ਭੈਣ ਆ ਜੀ ਇਹਦੀ, ਇਹਨਾਂ ਨੇ ਬੱਚਾ, ਇਹਦਾ ਹਸਪਤਾਲ ਬੰਦ ਹੋਣਾ ਚਾਹੀਦਾ, ਸਾਡਾ ਇਨਸਾਫ ਇਹ ਤੋਂ ਉੱਤੇ ਜੀ ਕੋਈ ਨਹੀਂ ਹੈਗਾ, ਹਸਪਤਾਲ ਬੰਦ ਨਹੀਂ, ਅੱਜ ਸਾਡਾ ਮਰ ਗਿਆ, ਕੱਲ੍ਹ ਨੂੰ ਕਿਸੇ ਹੋਰ ਦਾ ਮਾਰ ਦੂਗਾ ਜੀ, ਕੱਲ੍ਹ ਪਲਸ ਰੇਟ ਡਾਊਨ ਹੋ ਗਿਆ, ਮੈਂ ਆ ਕੇ ਦੱਸਿਆ, ਮੈਂ ਕਿਹਾ ਭੈਣੇ ਪਲਸ ਰੇਟ ਡਾਕਟਰ ਸਾਹਿਬ ਡਾਊਨ ਹੋ ਰਿਹਾ, ਕਹਿੰਦਾ ਜੀ ਇੰਨੇ ਰਿਸ਼ਤੇਦਾਰ ਨਹੀਂ ਆਉਣੇ, ਬਾਹਰ ਕੱਢੋ, ਸਾਨੂੰ ਅੱਧਾ ਘੰਟਾ ਵੀ ਨਹੀਂ ਅੰਦਰ ਬੈਠਣ ਦਿੱਤਾ ਹੈਗਾ, ਸਾਡੇ ਰਿਸ਼ਤੇਦਾਰ ਗੱਡੀਆਂ 'ਚ ਬੈਠ ਬੈਠ ਕੇ ਮੁੜਦੇ ਰਹੇ ਨੇ, ਜਿਹਨੂੰ ਤਕਲੀਫ ਹੋਊ ਉਹੀ ਆਊਗਾ ਮਿਲਣ,
ਇਹਦੀ ਮਾਂ ਟੁੱਟ ਟੁੱਟ ਪੈਂਦੀ ਆ, ਉਹਨੂੰ ਹੁਣ ਬਾਹਰ ਕੱਢਣ ਲੈ ਮੈਂ ਉਹਦੇ 'ਚ ਨਾ ਘੜੀਸਾ ਪਾਵਾਂ ਇੱਥੇ। ਉਹਨੂੰ ਪੁੱਛੋ ਜਾ ਕੇ ਕਿਹਦਾ ਨਹੀਂ ਮਿਲਣ ਆਉਂਦਾ ਹੈਗਾ ਜੀ, ਸਾਨੂੰ ਪਤਾ ਨਾ ਇੰਨੇ ਸਾਲਾਂ ਬਾਅਦ 18 ਸਾਲਾਂ ਬਾਅਦ ਅਸੀਂ ਜਵਾਕ ਦੇਖਿਆ ਵਾ, ਪੁੱਛ ਕੇ ਦੇਖੋ ਜੀ ਮਾਂ ਨੂੰ ਜਿਹਦਾ ਢਿੱਡ 'ਚੋਂ ਜਵਾਕ ਜਾਣ ਕੇ ਸੁੱਟਿਆ ਜੀ ਨੇ। ਇਹਨਾਂ ਦੇ ਵਰਗੇ ਤਾਂ ਮਿੰਟ 'ਚ ਹੀ ਕਹਿੰਦੇ ਨੇ ਲੈ ਜਾਓ ਜੀ ਰੈਫਰ ਕਰਤਾ, ਇਹ ਪਰਸੋਂ ਦਾ ਰੈਫਰ ਕਰ, ਚੌਥੇ ਦਾ ਰੈਫਰ ਕਰ, ਜਦ ਪਤਾ ਸੀਗਾ ਉੱਤੇ ਜੀ ਕਹਿੰਦਾ ਆਪਰੇਸ਼ਨ ਕਰੂੰਗਾ ਮੈਂ, ਮੇਰੇ ਕੋਲ ਹੀਲਾ ਨਹੀਂ ਹੈਗਾ, ਪੈਪ ਇੱਕ ਅਰੇਂਜਮੈਂਟ ਨਹੀਂ ਹੋਈ ਹੈਗੀ ਜਿਹੜੀ ਅੰਦਰੋਂ ਸਾਫ਼ ਕਰਦੀ ਆ ਜੀ, ਪੈਪ ਨਹੀਂ ਇਹਤੋਂ ਅਰੇਂਜਮੈਂਟ ਹੋਇਆ, ਹੋਰ ਕੀ ਕਰ ਲੂ ਬੰਦਾ ਤੁਸੀਂ ਇਹ ਦੱਸੋ, ਜਿਹੜਾ ਬੰਦਾ ਇੱਕ ਪਾਈਪ ਦਾ ਅਰੇਂਜਮੈਂਟ ਨਹੀਂ ਕਰ ਸਕਦਾ। ਦੇਖੋ ਮੈਂ ਐਜ਼ ਏ ਕੁਲੀਗ ਇਹਨਾਂ ਦੇ ਆਇਆ ਹੈਗਾ, ਪਤਾ ਲੱਗਿਆ, ਬਾਕੀ ਹਾਲੇ ਮੇਰੀ ਡਿਟੇਲ 'ਚ ਗੱਲ ਨਹੀਂ ਹੋਈ ਹੈਗੀ, ਜੋ ਮਤਲਬ ਸਾਹਮਣੇ ਆਏਗਾ। ਅਸੀਂ ਆਪ ਖੁਦ ਦੁਖੀ ਹੈਗੇ ਹਾਂ ਕਿ ਦੇਖ ਰਹੇ ਹੈਗੇ ਹਾਂ ਵੀ ਕੋਈ ਪੇਰੈਂਟਸ ਦੇ ਨਾਲ ਹੈਗੇ ਹਾਂ, ਅਸੀਂ ਤੁਹਾਨੂੰ ਵੀ ਕੋਆਪਰੇਟ ਕਰਾਂਗੇ, ਤੁਸੀਂ ਵੀ ਕੋਆਪਰੇਟ ਕਰੋ, ਜਿਹੜੀ ਗੱਲ ਜਿੰਨੀ ਹੈ ਡਾਕਟਰ ਨਾਲ ਗੱਲ ਕਰਕੇ ਅਸੀਂ ਦੇਖਾਂਗੇ ਵੀ ਕੋਈ ਅਣਗਹਿਲੀ ਹੈ, ਕੋਈ ਘਾਟ ਹੋਈ ਹੈ, ਕੋਈ ਟ੍ਰੀਟਮੈਂਟ ਜਾਂ ਬੱਚੇ ਦੀ ਬਿਮਾਰੀ ਇਹੋ ਜਿਹੀ ਸੀ ਜਿਹੜੀ ਬਚਾਇਆ ਨਹੀਂ ਜਾ ਸਕਿਆ। ਥੋੜ੍ਹਾ ਜਿਹਾ ਡਾਕਟਰ ਸਾਹਿਬ ਉਹਨਾਂ ਦਾ ਕਹਿਣਾ ਹੈ ਵੀ ਇਹ ਜਿਹੜੀਆਂ ਰਿਪੋਰਟਾਂ ਕਰਾਈਆਂ ਨੇ ਕੀ ਵੀ ਇਹ ਡਾਕਟਰ ਜਿਹੜੇ ਦੇਖ ਰਹੇ ਨੇ ਬੱਚੇ ਦੀ ਟ੍ਰੀਟਮੈਂਟ ਕਰ ਰਹੇ ਨੇ ਇਹ ਕਹਿ ਰਹੇ ਨੇ ਠੀਕ ਨੇ, ਵੀ ਦੂਜਾ ਡਾਕਟਰ ਕਹਿ ਰਿਹਾ ਠੀਕ ਨਹੀਂ ਹੈਗੀ। ਦੇਖੋ ਪਲੀਜ਼ ਇਸ ਚੀਜ਼ 'ਤੇ ਮੰਨਣਾ ਲਾਓ, ਕਿਉਂਕਿ ਮੈਂ ਕੋਈ ਜਿਹੜੀ ਕਾਰਵਾਈ ਕਰਨੀ ਆ ਕਿਸੇ ਨੇ ਕਾਨੂੰਨੀ ਕਰ ਲਵੇ, ਅਸੀਂ ਬੱਚੇ ਦੇ ਉਹਦੀ ਮ੍ਰਿਤਿਊ 'ਤੇ ਉਹਦੇ ਪੇਰੈਂਟਸ ਨਾਲ ਦੁੱਖ ਦੇ ਵਿੱਚ ਪੂਰੇ ਦੁਖੀ ਹੈਗੇ ਆ, ਜਿੰਨਾ ਉਹਨਾਂ ਨੂੰ ਦੁੱਖ ਹੁੰਦਾ। ਇੱਕ ਡਾਕਟਰ ਜਦੋਂ ਮਰੀਜ਼ ਲੂਜ਼ ਕਰਦਾ ਉਹਨੂੰ ਉਹਨਾਂ ਤੋਂ 100 ਗੁਣਾ ਦੁੱਖ ਦਰਦ ਹੁੰਦਾ। ਉਹਨਾਂ ਦਾ ਕਹਿਣਾ ਡਾਕਟਰ ਸਾਹਿਬ ਵੀ ਜੇ ਇਹਨਾਂ ਨੂੰ ਪਤਾ ਸੀ ਡਾਕਟਰ ਸਾਹਿਬ ਨੂੰ ਵੀ ਬੱਚੇ ਦੀ, ਦੇਖੋ ਜੇ ਕਿਸੇ ਦਾ ਕੋਈ ਕਹਿਣਾ ਹੈ, ਦੇਖੋ ਮੈਨੂੰ ਨਹੀਂ ਪਤਾ, ਦੇਖੋ ਜੇ ਡਾਕਟਰ ਨੂੰ ਪਤਾ ਲੱਗ ਜਾਏ ਵੀ ਇਹ ਮਰੀਜ਼ ਹੁਣ ਮੇਰੇ ਤੋਂ ਨਹੀਂ ਬਚਣ ਲਾਸਟ, ਉਹ ਕੋਈ ਵੀ ਨਹੀਂ ਰੱਖਦਾ ਹੈਗਾ, ਇਸ ਹੋਪ 'ਤੇ ਹੀ ਰੱਖਦਾ ਵੀ ਇਹ ਬੱਚਾ ਠੀਕ ਹੋ ਜਾਏਗਾ ਜਾਂ ਇਹ ਮਰੀਜ਼ ਠੀਕ ਹੋ ਜਾਏਗਾ। ਇਸ ਬਾਰੇ ਦੇਖੋ ਮੈਂ ਕਮੈਂਟ ਕਰ ਨਹੀਂ ਸਕਦਾ, ਇਸ ਤਰ੍ਹਾਂ ਦੀ ਗੱਲ ਇਸ ਕੋਈ ਨਹੀਂ ਹੁੰਦਾ। ਦੇਖੋ ਅੱਜ ਇਹ ਗੱਲ ਕਰਨੀ ਮਤਲਬ ਕਮ ਸੇ ਕਮ ਮੈਨੂੰ ਤਾਂ ਨਹੀਂ ਲੱਗਦੀ ਠੀਕ ਵੀ ਕੋਈ ਡਾਕਟਰ ਮਾਰੇਗਾ, ਕਿਉਂਕਿ ਵੈਰ ਥੋੜ੍ਹਾ ਹੁੰਦਾ ਕੋਈ ਲੈ ਕੇ ਜਾਂਦਾ ਕਿਸੇ ਨੂੰ, ਠੀਕ ਹੈ ਨਾ। ਤੁਸੀਂ ਦੇਖੋ ਮੈਨੂੰ ਨਹੀਂ ਪਤਾ ਹੈ ਕਿ ਨਹੀਂ ਹੈ ਕੁਛ ਵੀ ਇਹਨਾਂ ਚੀਜ਼ਾਂ, ਜੇ ਤੁਸੀਂ ਇਹ ਤਾਂ ਮੇਰੇ ਨਾਲ ਜ਼ਿਆਦਾ ਤੁਹਾਡੀ ਨੌਲੇਜ ਹੋਏਗੀ ਕਿ ਕੌਣ ਕੀ ਹੈ ਕੌਣ ਨਹੀਂ ਹੈਗਾ, ਠੀਕ ਹੈ ਨਾ। ਟੈਕਨੀਕਲ ਮੈਂ ਨਹੀਂ ਪਤਾ, ਮੈਂ ਤਾਂ ਐਜ਼ ਏ ਕੁਲੀਗ, ਦੇਖੋ ਜਿਸ ਤਰ੍ਹਾਂ ਤੁਸੀਂ ਮੀਡੀਆ ਵਾਲੇ ਇੱਕ ਚੈਨਲ ਦੂਜਾ ਚੈਨਲ 'ਚ ਕਰ ਰਹੇ ਹੈਗੇ ਆਪਣਾ ਕੰਮ, ਅਸੀਂ ਵੀ ਐਜ਼ ਏ ਕੁਲੀਗ ਜਿਹੜੇ ਹੈਗੇ ਹਾਂ ਕਿਸੇ ਨੂੰ ਕੋਈ ਹੁੰਦੇ ਤਾਂ ਉਹਦੇ ਕੋਲ ਆਉਂਦੇ ਹੈਗੇ ਹਾਂ, ਅਤੇ ਜੋ ਸੱਚਾਈ ਹੋਏਗੀ ਉਹ ਕਾਨੂੰਨੀ ਕਾਰਵਾਈ ਦੇ ਨਾਲ ਜੋ ਪਤਾ ਲੱਗ ਜਾਏਗੀ, ਅਤੇ ਜੋ ਇਨਫੋਰਮੇਸ਼ਨ ਮੇਰੇ ਕੋਲ ਫਰਦਰ ਆਏਗੀ ਤਾਂ ਮੈਂ ਤੁਹਾਨੂੰ ਕੋਆਪਰੇਟ ਕਰਕੇ ਜ਼ਰੂਰ ਦੱਸਾਂ। ਦੇਖੋ ਹਾਲੇ ਤੱਕ ਸਾਡੇ ਕੋਲ ਕੋਈ ਕੰਪਲੇਂਟ ਤਾਂ ਨਹੀਂ ਆਈ ਇਸ ਰਿਲੇਟਡ, ਕੋਈ ਪੇਸ਼ੈਂਟ ਦੇ ਰਿਲੇਟਿਵਸ ਨੇ ਕੋਈ ਕੰਪਲੇਂਟ ਨਹੀਂ ਕੀਤੀ ਹੈ ਕਿ ਵੀ ਇੱਦਾਂ ਸਰਕਾਰੀ ਡਾਕਟਰ ਉਹਨਾਂ ਦਾ ਇਲਾਜ ਕਰ ਰਿਹਾ ਸੀ। ਜੇ ਉਹ ਇਸ ਤਰ੍ਹਾਂ ਦੀ ਕੋਈ ਐਕਟੀਵਿਟੀ ਦੇ ਵਿੱਚ ਹੈਗਾ ਤਾਂ ਫਿਰ ਸਰਕਾਰ ਵੱਲੋਂ ਤਾਂ ਕੀ ਕਹਿੰਦੇ ਪ੍ਰੈਕਟਿਸ ਕੀ ਕਹਿੰਦੇ ਅਲਾਊਡ ਨਹੀਂ ਆ ਉਹਨੂੰ, ਅਤੇ ਉਹਦੇ ਖਿਲਾਫ਼ ਫਿਰ ਉੱਚ ਅਧਿਕਾਰੀਆਂ ਨੂੰ ਲਿਖ ਦਿਆਂਗੇ ਸਟ੍ਰਿਕਟ ਐਕਸ਼ਨ ਵਾਸਤੇ। ਕੀ ਅੱਜ ਉਹ ਛੁੱਟੀ ਦੇਣੇ? ਹਾਂਜੀ ਹਾਂਜੀ, ਅੱਜ ਉਹਨਾਂ ਨੇ ਸੀਐਲ ਦਿੱਤੀ ਜੀ। ਉਹ ਆਪਣੇ ਕੋਲ ਕਾਫ਼ੀ ਵਧੀਆ ਮਸ਼ੀਨਾਂ ਹੈਗੀਆਂ, ਕੀ ਕਹਿੰਦੇ ਆਟੋਮੈਟਿਕ ਮਸ਼ੀਨਾਂ ਹੈਗੀਆਂ, ਐਕਸਰੇਸ ਹੋ ਰਹੇ ਆਪਣੇ ਕੋਲ, ਅਲਟਰਾਸਾਊਂਡ ਆਪਣੇ ਕੋਲ ਹੋ ਰਿਹਾ, ਸੋਨੋਲੋਜਿਸਟ ਹੈ, ਸੀ ਟੀ ਸਕੈਨ ਤੁਸੀਂ ਦੇਖੋ ਕ੍ਰਿਸਨਾ ਦਾ ਕੀ ਕਹਿੰਦੇ ਸਾਡੇ ਕੋਲ ਹੈਗਾ। ਇਸ ਕਰਕੇ ਕੋਈ ਕਮੀ ਤਾਂ ਹੈ ਨਹੀਂ। ਦਵਾਈਆਂ ਦੇ ਪੁਆਇੰਟ ਆਫ ਵਿਊ ਦੇ ਨਾਲ CM ਸਾਹਿਬ ਦਾ ਜਿਹੜਾ ਹੈਗਾ ਉਪਰਾਲਾ ਹੈ ਕਿ ਵੀ ਹੁਣ 26 ਜਨਵਰੀ ਤੋਂ ਬਾਅਦ 'ਚੋਂ ਦਵਾਈਆਂ ਵੀ ਸਾਰੀਆਂ ਹੋਸਪਿਟਲ 'ਚੋਂ ਦੇਣੀਆਂ ਹੈਗੀਆਂ, ਅਤੇ ਜਿਹੜੇ ਈਵਨ ਐਮਪੈਨਲ ਅਸੀਂ ਪ੍ਰਾਈਵੇਟ ਜਿਹੜੇ ਹੋਸਪਿਟਲ ਹੈਗੇ ਆ, ਪ੍ਰਾਈਵੇਟ ਸਕੈਨ ਸੈਂਟਰਸ ਹੈ, ਉਹਨਾਂ ਨੂੰ ਵੀ ਐਮਪੈਨਲ ਕੀਤਾ, ਜੇ ਕੋਈ ਇੱਥੋਂ ਸਕੈਨ ਲਿਖਾ ਕੇ ਜਾਏਗਾ ਉਹਨਾਂ ਨੂੰ ਸਰਕਾਰ ਪੇਮੈਂਟ ਕਰੇਗੀ। ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 98721 68593।